بسم اللہ الرحمن الرحیم۔ السلام علیکم میرے عزیز محترم بہن بھائیوں اور عزیز دوستوں، ہماری دعا ہے اللہ تعالی ہم سب خوش رکھے، آباد رکھے، اللہ تعالی ہم سب کو دکھ تکلیف پریشانی تو محفوظ فرمائے۔ تو اسے دعائیں آج ویڈیو شروع کرتے ہیں، تو ساری ویڈیو اچھی لگے تو لائک سبسکرائب اور دل دا بٹن ضرور دبانا تاکہ ساری ویڈیو سارے بہن بھائی تک پہنچ سکے۔ چلتے ہیں اپنی ویڈیو والے، ਜਿਹੜਾ ਕੰਮ ਕਰਾਂਗੇ ਨਾਲ ਦੋਸਤਾਂ ਨੂੰ ਸ਼ੇਅਰ ਕਰਾਂਗੇ। ਹਾਂ ਜੀ ਦੋਸਤੋ, ਅਸੀਂ ਲਾ ਰਹੇ ਹਾਂ ਬੀਜ, ਯਾਨੀ ਕਿ ਬਾਜਰੇ ਦਾ ਗੁੱਲੀਆਂ, ਯਾਨੀ ਕਿ ਸਦਾ ਬਹਾਰ ਬਾਜਰੇ ਦਾ, ਉਹਦੀਆਂ ਛੋਟੀਆਂ ਛੋਟੀਆਂ ਗੁੱਲੀਆਂ ਬਣਾ ਕੇ ਨਾ, ਜਿਸ ਤਰ੍ਹਾਂ ਗੰਨਾ ਲਾਈ ਦਾ ਇਸ ਤਰ੍ਹਾਂ ਬਣਾ ਕੇ ਲਾ ਰਹੇ ਹਾਂ। ਖਾਲੇ ਦੇ ਉੱਪਰ ਲਾ ਰਹੇ ਬਾਜਰਾ ਲੱਗਾ ਪਿਆ, ਇਸ ਤਰ੍ਹਾਂ ਛੋਟੀ ਛੋਟੀ ਗੁੱਲੀਆਂ ਬਣਾ ਕੇ ਗੁੱਲੀਆਂ ਬਣਾਉਣ ਦੇ ਮੈਂ ਭਾਈ ਛੋਟਾ ਲਾ ਰਹੇ। ਪੱਠਿਆਂ ਦੀ ਕਮੀ ਨਹੀਂ ਹੁੰਦੀ, ਯਾਨੀ ਕਿ ਨਾਲ ਨਾਲ ਰਿਪੋਰਟ ਕੀਤੇ ਜਾਂਦੇ। ਜਦੋਂ ਸੁਭਾਅ ਦਾ ਅਸੀਂ ਖਾ ਲੈਣ 'ਤੇ ਲਾ ਦਿੱਤਾ ਵਾ, ਹੁਣ ਚਲਾਉਣਾ ਹੈ ਬੋਰ, ਅਤੇ ਬੋਰ ਚਲਾ ਕੇ ਇਹ ਪੱਠੇ ਭਰਨੇ ਆ ਅਤੇ ਕੁਛ ਕਣਕ ਭਰਨੀ। ਹਾਂਜੀ ਦੋਸਤੋ, ਅਸੀਂ ਪਾਉਣ ਲੱਗੇ ਹਾਂ ਡੀਜ਼ਲ, ਕੇਨ ਰੱਖੀ ਹੋਈ ਆ। ਡੀਜ਼ਲ ਪਾਉਣ ਤੋਂ ਬਾਅਦ ਪੀਟਰ ਸ਼ਟ ਕਰਾਂਗੇ। ਇਹਦੀ ਆਪਣੀ ਟੈਂਕੀ ਜਿਹੜੀ ਸੀ ਪੀਟਰ ਦੀ, ਉਹ ਲੀਕ ਹੋ ਗਈ ਸੀ, ਅਤੇ ਇਹ ਅਸੀਂ ਸਪੈਸ਼ਲ ਟੈਂਕੀ ਬਣਾਈ ਸੀ, ਕੇਨ ਰੱਖ ਕੇ ਪੈਪ ਲਾਇਆ ਹੋਇਆ ਜੀ। ਦਸ ਲੀਟਰ ਬਹੁਤ ਆ, ਕਹਿੰਦਾ ਦਸ ਲੀਟਰ ਹੁਣ ਹੋਰ ਪੰਜ ਲੀਟਰ ਹੋ ਲਿਆ ਦੁਕਾਨ। ਇਹ ਭਾਈ ਕੱਢਦੇ ਪਏ ਲੀ, ਇਸ ਸਾਈਡ 'ਤੇ ਪਾਣੀ ਲੱਗ ਜਾਣਾ ਕਿਉਂਕਿ ਪੱਠੇ ਭਰਨੇ ਆ ਸੈਟ 'ਤੇ ਇਸ ਵਜ੍ਹਾ ਤੋਂ। ਨਿਕਲਿਆ ਕੁਛ ਲਾ ਬਿਸਮਿਲ੍ਲਾ ਵਾਲਾ ਗੇੜਾ ਦੇ। ਇਹਦੇ ਛੱਡ ਦੇ ਖੁੱਲੀ, ਥੱਲੇ ਗੱਲ ਆ ਇਹਨੂੰ, ਅੱਗੇ ਅੱਗੇ ਗੱਲ ਆ, ਅੱਗੇ ਗੱਲ ਆ ਹਾਲੇ ਵੀ ਆਪਣਾ ਗਾਂਢ ਗੱਲ ਆ ਜੋੜ ਜਿਹਾ
करे दे दोस्तों, पानी लग गया पठिया उस तो बाद इस साइड पर सब्जी बीजी रही प्याज लाए है वो भरा पट्ठे भर के फिर बाद च भरने कणक ये आ रहा जी पानी नफा किया है इसको बनाना हूँ ग्यारह भाग अंदर फिर तोड़ा पिछले ग्यारह में पानी थोड़ा है फुल लगा है कोई भी पहली दफा लगे हैं फुल उस तो बाद आ है अनारा का यह भी फोट करता पाया लिया है और दिखाने का आलमों का बूटा हाँ है जी आड़ू
ਨੇ ਉੱਪਰ ਲੱਗੇ ਹੋਏ। ਯਾਨੀ ਕਿ ਛੋਟੇ ਛੋਟੇ ਕਿਹੜੇ ਆੜੂ ਬਣੇ ਹੋਏ। ਪਹਿਲੇ ਬੜੇ ਬੂਟੇ ਸੀਗੇ, ਉਹ ਸੁੱਕੇ ਹੋਏ ਆ ਅਤੇ ਹੁਣ ਤਿਆਰ ਹੋਏ ਆ ਸਾਰੇ।